ਮੈਨੂੰ ਇੱਕ ਵੀਰ ਮਿਲਿਆ ਅਤੇ ਮੈਨੂੰ ਉਹਨੇ ਇੱਕ ਸਵਾਲ ਕੀਤਾ, ਕਹਿੰਦਾ ਇੱਕ ਗੱਲ ਦੱਸੋ ਭਾਅ ਜੀ, ਇਸ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਧਰਮ ਕਿਹੜਾ? ਉਹਨੇ ਮੈਨੂੰ ਸਵਾਲ ਕੀਤਾ, ਕਹਿੰਦਾ ਇਸ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਧਰਮ ਕਿਹੜਾ, ਤੁਸੀਂ ਮੈਨੂੰ ਇਹ ਦੱਸੋ। ਹੁਣ ਉਹਨੇ ਆਪਣੇ ਹਿਸਾਬ ਨਾਲ ਪਤਾ ਨਹੀਂ ਕੀ ਅੰਦਾਜ਼ਾ ਲਾਇਆ ਹੋਵੇਗਾ, ਮੈਨੂੰ ਪਤਾ ਨਹੀਂ ਵੀ ਉਹ ਕਿਹੜੇ ਧਰਮ ਨੂੰ ਸਭ ਤੋਂ ਵਧੀਆ ਮੰਨਦਾ ਹੋਵੇਗਾ। ਮੈਂ ਜਵਾਬ ਦੇਣਾ ਸੀ ਗੁਰਬਾਣੀ ਦੇ ਅਕੋਰਡਿੰਗ, ਕਿਉਂਕਿ ਮੈਂ ਗੁਰਬਾਣੀ ਨੂੰ ਅੱਗੇ ਰੱਖ ਕੇ ਤੁਰਦਾ, ਮੈਂ ਕਿਸੇ ਬੰਦੇ ਦੀ ਵਿਚਾਰ ਨੂੰ ਅੱਗੇ ਨਹੀਂ ਰੱਖਦਾ, ਮੈਂ ਕਿਸੇ ਇਤਿਹਾਸਕਾਰ ਦੀ ਵਿਚਾਰ ਨੂੰ ਅੱਗੇ ਨਹੀਂ ਰੱਖਦਾ, ਨਾ ਕਿਸੇ ਬਾਬੇ ਦੀ ਵਿਚਾਰ ਨੂੰ ਮੈਂ ਅੱਗੇ ਰੱਖਣਾ, ਮੈਂ ਵਿਚਾਰ ਨੂੰ ਅੱਗੇ ਰੱਖਣਾ ਗੁਰਬਾਣੀ ਦੀ ਵਿਚਾਰ। ਇਹ ਗੁਰਬਾਣੀ ਦੀ ਵਿਚਾਰ ਮੇਰੇ ਵਾਸਤੇ ਸਭ ਤੋਂ ਪਹਿਲਾਂ। ਅਤੇ ਉਹਨੇ ਜਦੋਂ ਮੈਨੂੰ ਸਵਾਲ ਕੀਤਾ ਵੀ ਸਭ ਤੋਂ ਵਧੀਆ ਧਰਮ ਇਸ ਦੁਨੀਆ ਦੇ ਵਿੱਚ ਕਿਹੜਾ ਹੈ, ਕਿ ਮੈਨੂੰ ਪੁੱਛਦਾ, ਕਹਿੰਦਾ ਵੀ ਹਿੰਦੂ ਧਰਮ ਸਭ ਤੋਂ ਵਧੀਆ, ਸਿੱਖ ਧਰਮ ਸਭ ਤੋਂ ਵਧੀਆ, ਈਸਾਈ ਧਰਮ ਸਭ ਤੋਂ ਵਧੀਆ, ਇਸਲਾਮ ਸਭ ਤੋਂ ਵਧੀਆ, ਬੌਧ ਧਰਮ ਜਿਹੜਾ ਉਹ ਸਭ ਤੋਂ ਵਧੀਆ, ਇੱਦਾਂ ਮੈਨੂੰ ਪੁੱਛੀ ਜਾਵੇ। ਮੈਂ ਚੁੱਪ ਕਰਕੇ ਉਹਦੀ ਗੱਲ ਅਜੇ ਤੱਕ ਸੁਣਦਾ ਪਿਆ ਸੀਗਾ। ਮੈਂ ਉਸ ਵੀਰ ਨੂੰ ਆਖਿਆ, ਮੈਂ ਕਿਹਾ ਵੀਰ ਆਪਾਂ ਗੁਰਬਾਣੀ ਦਾ ਇਹ ਸ਼ਬਦ ਵਿਚਾਰਦੇ ਹਾਂ, ਇਹ ਗੁਰਬਾਣੀ ਦਾ ਵਾਕ ਵਿਚਾਰਦੇ ਹਾਂ। ਮੈਂ ਕਿਹਾ ਮਹਿਲਾ ਪੰਜਵਾਂ ਨਾ ਸੁਖਮਨੀ ਦੀ ਬਾਣੀ ਵਿੱਚ ਕਹਿੰਦੇ ਨੇ ਸਰਬ ਧਰਮ ਮੈਂ ਸ਼੍ਰੇਸ਼ਠ ਧਰਮ। ਸਰਬ ਧਰਮ ਦਾ ਅਰਥ ਕੀ ਹੈ? ਸਾਰੇ ਧਰਮ। ਤੁਸੀਂ ਵੇਖੋ ਇਸ ਦੁਨੀਆ ਦੇ ਵਿੱਚ ਨਾ ਬਹੁਤ ਸਾਰੇ ਧਰਮ ਨੇ, ਬਹੁਤ ਸਾਰੇ ਧਰਮ ਨੇ। ਇੱਥੇ ਤੁਹਾਨੂੰ ਹਿੰਦੂ ਧਰਮ ਦਾ ਜ਼ਿਕਰ ਵੀ ਮਿਲਦਾ ਹੈ, ਇਸਲਾਮ ਧਰਮ ਦਾ ਜ਼ਿਕਰ ਵੀ ਮਿਲਦਾ ਹੈ, ਇੱਥੇ ਤੁਹਾਨੂੰ ਈਸਾਈ ਧਰਮ ਦਾ ਜ਼ਿਕਰ ਵੀ ਮਿਲ ਜਾਏਗਾ, ਸਿੱਖ ਧਰਮ ਦਾ ਜ਼ਿਕਰ ਵੀ ਮਿਲ ਜਾਏਗਾ, ਧਰਮ ਬਹੁਤ ਸਾਰੇ ਨੇ। ਅਸਲ ਦੇ ਵਿੱਚ ਇਹਨਾਂ ਨੂੰ ਧਰਮ ਅਸੀਂ ਲੋਕ ਕਹਿਣ ਲੱਗ ਪਏ, ਅਸਲ ਵਿੱਚ ਇਹ ਧਰਮ ਹੈ ਨਹੀਂ। ਵੈਸੇ ਜੇ ਵੇਖਿਆ ਜਾਵੇ ਨਾ ਅਸਲ ਦੇ ਵਿੱਚ ਧਰਮ ਨਹੀਂ ਹੈਗੇ, ਅਸਲ ਦੇ ਵਿੱਚ ਇਹ ਮਤ ਨੇ, ਇਹਨਾਂ ਨੂੰ ਫਿਰਕਾ ਕਹਿ ਲਓ ਤੁਸੀਂ, ਇਹ ਮਜ਼ਹਬ ਕਹਿ ਲਓ ਤੁਸੀਂ। ਜਦੋਂ ਧਰਮ ਦੀ ਗੱਲ ਆਉਂਦੀ ਹੈ ਨਾ ਗੁਰਬਾਣੀ ਦੇ ਆਧਾਰ ਦੇ ਉੱਤੇ ਜਦੋਂ ਵੇਖਦੇ ਹਾਂ, ਗੁਰਬਾਣੀ ਕਹਿੰਦੀ ਹੈ ਧਰਮ ਇੱਕ ਹੀ ਹੁੰਦਾ, ਧਰਮ ਬਹੁਤੇ ਨਹੀਂ ਹੁੰਦੇ, ਧਰਮ ਇੱਕ ਹੀ ਹੈ। ਗੁਰਬਾਣੀ ਦਾ ਵਾਕ ਪੜ੍ਹੋ ਜਿੱਥੇ ਕਿਹਾ ਗਿਆ ਏਕੋ ਧਰਮ ਦ੍ਰਿੜਾ ਸੱਚ ਕੋਈ। ਗੁਰਬਾਣੀ 'ਚ ਆਖਿਆ ਧਰਮ ਇੱਕੋ ਹੀ ਹੈ, ਉਹ ਕੀ ਹੈ? ਦ੍ਰਿੜਾ ਸੱਚ ਕੋਈ। ਸੱਚ ਨੂੰ ਧਰਮ ਕਿਹਾ, ਸੱਚ ਆਪਣੇ ਆਪ ਦੇ ਵਿੱਚ ਧਰਮ ਹੈ। ਜਿਸ ਮਨੁੱਖ ਦੇ ਕੋਲ ਸੱਚ ਹੈਗਾ ਨਾ ਉਹ ਧਰਮੀ ਹੈਗਾ, ਸੱਚ ਧਰਮ ਹੈ। ਅਤੇ ਜਿਹਦੇ ਕੋਲ ਸੱਚ ਹੈ, ਜਿਹਦੇ ਕੋਲ ਸੱਚ ਦੀ ਵਿਚਾਰ ਹੈ, ਉਹ ਧਰਮੀ ਹੈ। ਹੁਣ ਗੁਰਬਾਣੀ ਨੇ ਆਖਿਆ ਧਰਮ ਇੱਕੋ ਹੀ ਹੈ, ਧਰਮ ਬਹੁਤ ਸਾਰੇ ਹੁੰਦੇ ਨਹੀਂ। ਹੁਣ ਸੱਚ ਕੀ ਹੈ ਆਪਣੇ ਆਪ ਦੇ ਵਿੱਚ? ਸੱਚ ਗੁਣ ਹੈ ਨਾ, ਇੱਕ ਕੁਆਲਿਟੀ ਹੈ। ਹੁਣ ਜਿਸ ਮਨੁੱਖ ਨੇ ਸੱਚ ਨਾਲ ਸਾਂਝ ਪਾਈ ਹੈ ਉਹਨੇ ਆਪਣੇ ਜੀਵਨ ਨੂੰ ਸਵਾਰਿਆ ਹੈ, ਅਤੇ ਜਿਹਨੇ ਝੂਠ ਨਾਲ ਸਾਂਝ ਪਾਈ ਹੈ ਉਹਨੇ ਆਪਣੇ ਜੀਵਨ ਨੂੰ ਬਰਬਾਦ ਕੀਤਾ। ਹੁਣ ਗੌਰ ਕਰਿਓ, ਮੈਂ ਉਸ ਵੀਰ ਨੂੰ ਆਖਿਆ, ਮੈਂ ਕਿਹਾ ਵੀਰ ਧਰਮ ਜਿਹੜਾ ਹੈ ਨਾ ਉਹ ਇੱਕੋ ਹੀ ਹੁੰਦਾ, ਧਰਮ ਬਹੁਤੇ ਨਹੀਂ ਹੁੰਦੇ। ਮੈਂ ਕਿਹਾ ਜਿਹੜੇ ਤੈਨੂੰ ਆਮ ਦੁਨੀਆ ਦੇ ਵਿੱਚ ਵੇਖਣ ਵਾਸਤੇ ਮਿਲਦੇ ਪਏ ਨੇ ਨਾ, ਜਿਹਨਾਂ ਦਾ ਜ਼ਿਕਰ ਤੂੰ ਹੁਣੇ ਕਰਕੇ ਹਟਿਆ, ਹਿੰਦੂ, ਇਸਲਾਮ, ਸਿੱਖ, ਈਸਾਈ, ਬੋਧੀ, ਜੈਨੀ, ਇਹ ਜਿਹਨਾਂ ਦਾ ਜ਼ਿਕਰ ਤੂੰ ਕਰਕੇ ਹਟਿਆ, ਇਹ ਤਾਂ ਮਤ ਨੇ, ਇਹ ਤਾਂ ਮਜ਼ਹਬ ਨੇ, ਇਹ ਤਾਂ ਵੱਖਰੇ ਵੱਖਰੇ ਫਿਰਕੇ ਤੂੰ ਕਹਿ ਲੈ। ਪਰ ਜਦੋਂ ਗੁਰਬਾਣੀ ਦੇ ਅਕੋਰਡਿੰਗ ਆਪਾਂ ਧਰਮ ਦੀ ਗੱਲ ਕਰਾਂਗੇ ਤਾਂ ਗੁਰੂ ਸਾਹਿਬ ਕਹਿੰਦੇ ਕਿ ਇਹਨਾਂ ਸਾਰੇ ਧਰਮਾਂ ਦੇ ਨਾਲੋਂ ਜਿਹੜੇ ਦੁਨੀਆ ਦੇ ਲੋਕਾਂ ਨੇ ਆਪਣੇ ਆਪਣੇ ਧਰਮ ਤਿਆਰ ਕਰ ਲਏ, ਇਹਨਾਂ ਸਾਰੇ ਧਰਮਾਂ ਦੇ ਨਾਲੋਂ ਸਰਬ ਧਰਮ ਮੈਂ, ਇਹ ਜਿਹੜੇ ਸਰਬ ਧਰਮ ਨੇ ਇਹਨਾਂ ਸਾਰਿਆਂ ਦੇ ਨਾਲੋਂ ਸਰਬ ਧਰਮ ਮੈਂ ਸ਼੍ਰੇਸ਼ਠ ਧਰਮ। ਕਹਿੰਦੇ ਇਹਨਾਂ ਸਾਰੇ ਧਰਮਾਂ ਦੇ ਨਾਲੋਂ ਇੱਕ ਸ਼੍ਰੇਸ਼ਠ ਧਰਮ ਹੈਗਾ, ਇੱਕ ਉੱਤਮ ਧਰਮ ਹੈਗਾ, ਇੱਕ ਪਹਿਲੇ ਨੰਬਰ ਦਾ ਧਰਮ ਹੈਗਾ, ਜਿਹਦੇ ਬਰਾਬਰੀ ਦੇ ਉੱਤੇ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਖੜ ਸਕਦਾ। ਸੱਚ ਕਰਕੇ ਜਾਣਿਓ, ਜਿਸ ਧਰਮ ਦੀ ਗੱਲ ਮੈਂ ਹੁਣ ਕਰਨ ਲੱਗਾ ਨਾ, ਬਾਬਾ ਨਾਨਕ ਜੀ ਦਾ ਧਰਮ ਆ ਹੈ। ਜਿਸ ਧਰਮ ਦੀ ਗੱਲ ਹੁਣ ਮੈਂ ਕਰਨੀ ਹੈ, ਬਾਬਾ ਨਾਨਕ ਜੀ ਦਾ ਧਰਮ ਆ ਹੈ, ਗੁਰੂ ਅੰਗਦ ਸਾਹਿਬ ਦਾ ਧਰਮ ਆ ਹੈ। ਆ ਜਿੰਨਾ 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਨਾ, ਇਹ 35 ਦੇ 35 ਨੇ ਜਿਹੜੇ ਉਹ ਇਸ ਧਰਮ ਨੂੰ ਮੰਨਦੇ ਨੇ, ਇਹ ਹੋਰ ਕਿਸੇ ਧਰਮ ਨੂੰ ਨਹੀਂ ਮੰਨਦੇ। ਉਹ ਤਾਂ ਅਸੀਂ ਕਹੀ ਜਾਂਦੇ ਹਾਂ ਨਾ ਬਾਬਾ ਫਰੀਦ ਜੀ ਇਸਲਾਮ ਦੇ ਸੀਗੇ, ਇਹ ਤਾਂ ਅਸੀਂ ਕਹਿੰਦੇ ਹਾਂ, ਠੀਕ ਹੈ ਉਹਨਾਂ ਦਾ ਜਨਮ ਕਿਸੇ ਮੁਸਲਮਾਨ ਦੇ ਘਰ ਹੋਇਆ ਹੋਵੇਗਾ, ਪਰ ਉਹਨਾਂ ਦਾ ਧਰਮ ਕਿਹੜਾ ਸੀਗਾ? ਉਹ ਧਰਮ ਉਹਨਾਂ ਦਾ ਆਹੀ ਸੀ, ਏਕੋ ਧਰਮ ਦ੍ਰਿੜਾ ਸੱਚ ਕੋਈ। ਉਹਨਾਂ ਦਾ ਧਰਮ
ਹੋਰ ਕੋਈ ਨਹੀਂ ਸੀ। ਅਸੀਂ ਕਈ ਵਾਰੀ ਇੱਦਾਂ ਦੀਆਂ ਵਿਚਾਰਾਂ ਲੈ ਕੇ ਬਹਿ ਜਾਂਦੇ ਹਾਂ, ਵੇਖੋ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬ੍ਰਾਹਮਣਾਂ ਦੀ ਬਾਣੀ ਵੀ ਹੈਗੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨਾਂ ਦੀ ਬਾਣੀ ਵੀ ਹੈਗੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਲਾਣਿਆਂ ਦੀ ਬਾਣੀ ਵੀ ਹੈਗੀ ਹੈ, ਸ਼ੂਦਰਾਂ ਦੀ ਬਾਣੀ ਵੀ ਹੈਗੀ ਹੈ। ਅਸੀਂ ਜਦੋਂ ਇਸ ਤਰੀਕੇ ਨਾਲ ਪੇਸ਼ ਕਰਨਾ ਸ਼ੁਰੂ ਕਰ ਦਿੰਦੇ ਹਾਂ ਨਾ, ਜਾਤ ਪਾਤ ਦਾ ਸਿਸਟਮ ਤਾਂ ਅਸੀਂ ਆਪ ਲਿਆ ਕੇ ਖੜਾ ਕਰ ਦਿੰਦੇ ਹਾਂ। ਇੱਥੇ ਮੈਂ ਸਵਾਲ ਪੁੱਛਦਾ ਹੁੰਦਾ, ਜਿਹੜੇ ਲੋਕ ਇਸ ਸਟੇਜਾਂ ਦੇ ਉੱਤੇ ਬਹਿ ਕੇ ਇਹ ਗੱਲਾਂ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਾਹਮਣ ਦੀ ਬਾਣੀ ਵੀ ਹੈ, ਸ਼ੂਦਰ ਦੀ ਬਾਣੀ ਵੀ ਹੈ, ਜਿਹੜੇ ਇੱਦਾਂ ਗੱਲਾਂ ਕਰਦੇ ਵੀ ਇੱਥੇ ਤਾਂ ਜੀ ਇੱਥੇ ਮੁਸਲਮਾਨ ਦੀ ਬਾਣੀ ਵੀ ਹੈ, ਇੱਥੇ ਫਲਾਣਿਆਂ ਦੀ ਬਾਣੀ ਵੀ, ਜਿਹੜੇ ਇੱਦਾਂ ਦੀਆਂ ਗੱਲਾਂ ਕਰਦੇ, ਮੈਂ ਉਹਨਾਂ ਨੂੰ ਸਵਾਲ ਕਰਦਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਤ ਵੇਖ ਕੇ ਬਾਣੀ ਐਡ ਕੀਤੀ ਗਈ ਹੈ? ਮੈਨੂੰ ਦੱਸੋ ਵੀ ਇੱਥੇ ਜਾਤਾਂ ਵੇਖ ਕੇ ਬਾਣੀ ਐਡ ਕੀਤੀ ਸੀ ਵੀ ਇੱਕ ਮੁਸਲਮਾਨ ਦੀ ਬਾਣੀ ਲੈ ਆਓ, ਇੱਕ ਬ੍ਰਾਹਮਣ ਦੀ ਬਾਣੀ ਲੈ ਆਓ, ਇੱਕ ਸ਼ੂਦਰ ਦੀ ਬਾਣੀ ਲੈ ਆਓ? ਕੀ ਜਾਤਾਂ ਵੇਖੀਆਂ ਗੁਰੂ ਨੇ? ਕਿ ਗੁਰੂ ਸਾਹਿਬ ਜਾਤ ਪਾਤ ਨੂੰ ਮੰਨਦੇ ਸੀਗੇ? ਨਹੀਂ, ਇੱਥੇ ਜਾਤਾਂ ਵੇਖ ਕੇ ਬਾਣੀ ਐਡ ਨਹੀਂ ਹੋਈ, ਇੱਥੇ ਕੀ ਵੇਖਿਆ ਗਿਆ ਕਿ 35 ਦੀ ਵਿਚਾਰ ਜਿਹੜੀ ਹੈ ਨਾ ਇੱਕੋ ਜਿਹੀ ਹੈ, 35 ਦੇ 35 ਸੱਚ ਦੀ ਵਿਚਾਰ ਰੱਖਦੇ ਪਏ ਨੇ, 35 ਦੀ 35 ਦੀ ਵਿਚਾਰਧਾਰਾ ਜਿਹੜੀ ਹੈ ਨਾ ਉਹ ਮਿਲਦੀ ਪਈ ਹੈ ਆਪਸ ਦੇ ਵਿੱਚ, ਇੱਥੇ ਫਰਕ ਕੋਈ ਨਹੀਂ ਹੈਗਾ, ਇੱਥੇ ਕਿਸੇ ਤਰ੍ਹਾਂ ਦਾ ਫਰਕ ਕੋਈ ਨਹੀਂ ਹੈਗਾ। ਕਿਉਂ ਫਰਕ ਨਹੀਂ ਹੈਗਾ, ਉਹਦੇ ਪਿੱਛੇ ਕਾਰਨ ਕੀ ਹੈ? ਉਹਦੇ ਪਿੱਛੇ ਕਾਰਨ ਇੱਕੋ ਹੈ, ਕਿਉਂਕਿ ਕੁਦਰਤ ਨੇ ਜਿਸ ਗਿਆਨ ਗੁਰੂ ਦੇ ਨਾਲ ਸਾਨੂੰ ਜੋੜਿਆ ਹੈ ਨਾ, ਉਹ ਗਿਆਨ ਗੁਰੂ ਕੋਈ ਵੱਖ ਵੱਖ ਨਹੀਂ ਹੈ, ਸਤਿਗੁਰੂ ਹੈ ਨਾ ਜਿਹੜਾ, ਉਹ ਸਦਾ ਸਦਾ ਹੀ ਹੈ, ਨਾ ਆਵੇ ਨਾ ਜਾਏ, ਨਾ ਆਉਂਦਾ ਹੈ ਨਾ ਜਾਂਦਾ ਹੈ, ਉਹ ਅਵਿਨਾਸ਼ੀ ਪੁਰਖ ਹੈ, ਉਹ ਅਵਿਨਾਸ਼ੀ ਹੈ, ਕਦੀ ਨਾਸ਼ ਨਹੀਂ ਹੁੰਦਾ, ਅਤੇ ਰਹਿੰਦਾ ਕਿੱਥੇ ਹੈ? ਸਭ ਮੈਂ ਰਹਿਆ ਸਮਾਏ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਅੱਛਾ, ਜਿਹੜਾ ਗੁਰੂ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਉਹ ਭਗਤ ਕਬੀਰ ਜੀ ਦੇ ਵਿੱਚ ਹੈਗਾ ਸੀਗਾ? ਦੱਸੋ, ਜਿਹੜਾ ਗੁਰੂ ਸਾਰਿਆਂ ਸਮਾਇਆ ਉਹ ਗੁਰੂ ਕੌਣ ਹੈ? ਉਹ ਹੈ ਗਿਆਨ, ਠੀਕ ਹੈ ਨਾ, ਉਹ ਭਗਤ ਕਬੀਰ ਜੀ ਦੇ ਵਿੱਚ ਹੈਗਾ ਸੀਗਾ, ਹੈਗਾ ਸੀ, ਬਾਬਾ ਨਾਨਕ ਜੀ ਦੇ ਵਿੱਚ ਵੀ ਹੋਈ ਸੀ, ਭਗਤ ਫਰੀਦ ਜੀ ਦੇ ਵਿੱਚ ਵੀ ਹੋਈ ਸੀ, ਭਗਤ ਸਦਨਾ ਜੀ ਦੇ ਵਿੱਚ ਵੀ ਹੋਈ ਸੀ, ਭਗਤ ਰਵਿਦਾਸ ਜੀ ਦੇ ਵਿੱਚ ਵੀ ਹੋਈ ਸੀ। ਇਹ 35 ਦੇ 35 ਮਹਾਂਪੁਰਖ ਜਿਹੜੇ ਨੇ, ਇਹਨਾਂ ਸਾਰਿਆਂ ਦੇ ਕੋਲ ਹੀ ਉਹ ਗਿਆਨ ਗੁਰੂ ਹੈਗਾ ਸੀਗਾ, ਇਹਨਾਂ 35 ਦੇ 35 ਨੇ ਉਸ ਗਿਆਨ ਗੁਰੂ ਨਾਲ ਸਾਂਝ ਪਾਈ, ਆਪਣਾ ਜੀਵਨ ਗਿਆਨ ਗੁਰੂ ਦੇ ਅਕੋਰਡਿੰਗ ਬਣਾਇਆ, ਤਾਂ ਕਰਕੇ ਇਹਨਾਂ 35 ਦੀ ਵਿਚਾਰ ਮਿਲਦੀ ਹੈ। ਅਤੇ ਸੱਚ ਕਰਕੇ ਜਾਣੇ, ਉਹ ਸਤਿਗੁਰੂ ਜਿਹੜਾ ਹੈ ਨਾ, ਉਹ ਕੇਵਲ ਇਹਨਾਂ 35 ਦੇ ਕੋਲ ਨਹੀਂ, ਉਹ ਸਾਡੇ ਕੋਲ ਵੀ ਹੈਗਾ, ਉਹ ਸਾਡੇ ਕੋਲ ਵੀ ਹੈਗਾ, ਕਿਉਂਕਿ ਸਭ ਮੈਂ ਰਹਿਆ ਸਮਾਏ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਜੇ ਕਿਤੇ ਅਸੀਂ ਵੀ ਉਸ ਗਿਆਨ ਗੁਰੂ ਨਾਲ ਸਾਂਝ ਪਾ ਲਈਏ ਨਾ, ਤਾਂ ਅਸੀਂ ਵੀ ਜਿਹੜੀਆਂ ਗੱਲਾਂ ਕਰਾਂਗੇ ਨਾ, ਫਿਰ ਸਾਡੀਆਂ ਗੱਲਾਂ ਵੀ ਇਹਨਾਂ 35 ਦੇ ਨਾਲ ਰਲਣਗੀਆਂ। ਅਤੇ ਇਹੀ ਚੀਜ਼ ਬਾਬਾ ਨਾਨਕ ਜੀ ਚਾਹੁੰਦੇ ਸੀਗੇ ਕਿ ਭਲਿਓ ਪਾਓ ਗੁਰੂ ਨਾਲ ਸਾਂਝ, ਪਰ ਸੱਚ ਕਰਕੇ ਜਾਣੇ ਅਸੀਂ ਸਾਂਝ ਪਾ ਨਹੀਂ ਸਕੇ, ਅਸੀਂ ਤਾਂ ਕਿਸੇ ਹੋਰ ਪਾਸੇ ਨੂੰ ਤੁਰੇ ਹੋਏ ਹਾਂ, ਅਸੀਂ ਸਾਂਝ ਪਾ ਨਹੀਂ ਸਕੇ। ਫਿਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਦਰਜ ਹੈ ਉਹਨਾਂ ਦੀ ਜਾਤ ਵੇਖ ਕੇ ਬਾਣੀ ਐਡ ਨਹੀਂ ਕੀਤੀ ਗਈ, ਕਿਉਂਕਿ ਜਾਤ ਪਾਤ ਦਾ ਤਾਂ ਖੰਡਨ ਕੀਤਾ ਗਿਆ ਬਾਣੀ ਦੇ ਵਿੱਚ, ਇਹ ਗੱਲ ਕਹੀ ਗਈ ਨਾ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ 'ਤੇ ਚੱਲੇ ਬਹੁਤ ਵਿਕਾਰਾ, ਜਾਤ ਪਾਤ ਦਾ ਤਾਂ ਖੰਡਨ ਹੈਗਾ। ਜਾਤਾਂ ਵੇਖ ਕੇ ਉਹਨਾਂ ਦੇ ਬਾਹਰਲੇ ਜਿਹੜੇ ਮਜ਼ਹਬ ਸੀਗੇ, ਬਾਹਰਲੇ ਜਿਹੜੇ ਮਤ ਸੀਗੇ, ਉਹ ਵੇਖ ਕੇ ਬਾਣੀ ਐਡ ਨਹੀਂ ਕੀਤੀ ਗਈ, ਬਾਣੀ ਇਹ ਵੇਖ ਕੇ ਐਡ ਕੀਤੀ ਗਈ ਕਿ ਸਾਹਮਣੇ ਵਾਲੇ ਦੀ ਜਿਹੜੀ ਵਿਚਾਰ ਹੈ ਨਾ ਉਹ ਬੜੇ ਉੱਚੇ ਲੈਵਲ ਦੀ ਹੈ, ਇਹ ਤਾਂ ਗਿਆਨ ਗੁਰੂ ਵਾਲੀ ਵਿਚਾਰ ਹੈ। ਬਾਬਾ ਨਾਨਕ ਜੀ ਨੇ ਇਹ ਚੀਜ਼ ਜਦੋਂ ਵੇਖੀ ਵੀ ਇਹ ਵਿਚਾਰ ਤਾਂ ਬੜੀ ਕਮਾਲ ਦੀ ਹੈ, ਜਿਹੜੀ ਵਿਚਾਰ ਮੇਰੇ ਅੰਦਰ ਪੈਦਾ ਹੋਈ ਹੈ ਉਹੀ ਵਿਚਾਰ ਭਗਤ ਕਬੀਰ ਦੇ ਅੰਦਰ ਪੈਦਾ ਹੋਈ ਹੈ, ਉਹੀ ਵਿਚਾਰ ਭਗਤ ਰਵਿਦਾਸ ਜੀ ਦੇ ਅੰਦਰ ਪੈਦਾ ਹੋਈ ਹੈ, ਉਹੀ ਭਗਤ ਸਦਨਾ ਜੀ ਦੇ ਅੰਦਰ ਪੈਦਾ ਹੋਈ ਹੈ, ਉਹੀ ਭਗਤ ਸੈਣ ਜੀ ਦੇ ਅੰਦਰ ਪੈਦਾ ਹੋਈ ਹੈ। ਜਦੋਂ ਇਹ ਚੀਜ਼ ਉਹਨਾਂ ਨੇ ਵੇਖੀ ਨਾ, ਬਾਣੀ ਨੂੰ ਇਕੱਤਰ ਕੀਤਾ ਉਹਨਾਂ ਨੇ, ਹੁਣ ਇਹ ਲੈ ਲਿਆ ਬਾਣੀ ਨੂੰ ਇੱਕ ਜਗ੍ਹਾ, ਸਾਰਿਆਂ ਦੀ ਬਾਣੀ ਇੱਥੇ ਰੱਖ ਦਿੱਤੀ ਗਈ। ਅਤੇ ਜਿਹੜੀ ਮੈਂ ਬੇਨਤੀ ਕਰਦਾ ਪਿਆ ਸੀ, ਇਹਨਾਂ ਸਾਰਿਆਂ ਦਾ ਧਰਮ ਕਿਹੜਾ ਸੀਗਾ? ਇਹ ਵੱਖਰੇ ਵੱਖਰੇ ਧਰਮ ਦੇ ਨਹੀਂ, ਉਹ ਬਾਹਰਲੇ ਤੌਰ ਦੇ ਉੱਤੇ ਜਿਹੜੇ ਮਰਜ਼ੀ ਮਜ਼ਹਬ ਹੋਣ, ਉਹਨਾਂ ਮਜ਼ਹਬਾਂ ਨੂੰ ਤਾਂ ਇਹ ਲੋਕ ਮੰਨਦੇ ਹੀ ਨਹੀਂ ਸੀਗੇ। ਜੇ ਉਹਨਾਂ ਮਜ਼ਹਬਾਂ ਨੂੰ ਇਹ ਲੋਕ ਮੰਨਦੇ ਹੁੰਦੇ ਨਾ, ਤਾਂ ਇਕੱਠੇ ਇੱਕ ਥਾਂ ਦੇ ਉੱਤੇ ਕਦੀ ਵੀ ਨਾ ਹੁੰਦੇ, ਇਹਨਾਂ ਸਾਰਿਆਂ ਦੀ ਵਿਚਾਰ ਫਿਰ ਵੱਖਰੀ ਵੱਖਰੀ ਹੋਣੀ ਸੀਗੀ। ਜੇ ਇਹ ਬਾਹਰਲੇ ਮਜ਼ਹਬਾਂ ਨੂੰ ਮੰਨਦੇ ਹੁੰਦੇ, ਕੋਈ ਕਹਿੰਦਾ ਹੁੰਦਾ ਮੈਂ ਹਿੰਦੂ ਮਜ਼ਹਬ ਦਾ, ਕੋਈ ਕਹਿੰਦਾ ਮੈਂ ਇਸਲਾਮ ਦਾ ਵਾਂ, ਕੋਈ ਕਹਿੰਦਾ ਮੈਂ ਕਿਸੇ ਹੋਰ ਮਜ਼ਹਬ ਨਾਲ ਸੰਬੰਧ ਰੱਖਦਾ, ਅਤੇ ਇਹਨਾਂ ਦੀ ਵਿਚਾਰ ਵੀ ਵੱਖਰੀ ਵੱਖਰੀ ਹੋਣੀ ਸੀ। ਫਿਰ ਇਹਨਾਂ ਨੇ ਇਕੱਠੇ ਹੋ ਕੇ ਇੱਕ ਥਾਂ ਉੱਤੇ ਬਹਿ ਨਹੀਂ ਸੀ ਸਕਣਾ, ਪਰ ਇਕੱਠੇ ਕਿਉਂ ਹੋ ਗਏ, ਕਾਰਨ ਕੀ ਸੀਗਾ?
ਕਿਉਂਕਿ ਜਿਸ ਧਰਮ ਨੂੰ ਇਹ ਲੋਕ ਮੰਨਦੇ ਸਨ ਉਹ ਧਰਮ ਤੇ ਗੁਣਾਂ ਵਾਲਾ ਧਰਮ ਹੈ। ਪੜ੍ਹੋ ਹੁਣ ਵਾਕ, ਸਰਬ ਧਰਮ ਮੈਂ ਸ਼੍ਰੇਸ਼ਟ ਧਰਮ। ਗੁਰਬਾਣੀ ਕਹਿੰਦੀ ਹੈ ਸਾਰੇ ਧਰਮਾਂ ਦੇ ਨਾਲੋਂ ਇੱਕ ਸ਼੍ਰੇਸ਼ਟ ਧਰਮ ਹੈ, ਇੱਕ ਉੱਤਮ ਧਰਮ ਹੈ, ਤੇ ਉਹ ਧਰਮ ਪਤਾ ਕਿਹੜਾ? ਹਰ ਕੋ ਨਾਮ ਜਪ ਨਿਰਮਲ ਕਰਮ। ਆਹ ਹੈ ਧਰਮ ਜਿਹਨੂੰ ਇਹ 35 ਦੇ 35 ਮਹਾਂਪੁਰਖ ਮੰਨਦੇ ਸੀਗੇ। ਹਰ ਕੋ ਨਾਮ ਜਪ, ਕਹਿੰਦੇ ਨਾਮ ਜਪ ਭਾਈ। ਅੱਛਾ, ਨਾਮ ਜਪਣ ਦੀ ਗੱਲ ਵੀ ਇੱਥੇ ਸਮਝ ਲਿਓ। ਨਾਮ ਜਪਣ ਦਾ ਅਰਥ ਕੇਵਲ ਵਾਹਿਗੁਰੂ 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 ਵਾਹਿਗੁਰੂ, ਕੇਵਲ ਇੰਨਾ ਕੁ ਨਹੀਂ। ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਕਰੇ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਜੇ ਕੋਈ ਬੰਦਾ ਆਖੇ ਨਾ ਵੀ ਨਾਮ ਜਪਣ ਦਾ ਅਰਥ ਕੇਵਲ ਵਾਹਿਗੁਰੂ ਵਾਹਿਗੁਰੂ ਹੁੰਦਾ, ਤਾਂ ਇੱਥੇ ਆ ਕੇ ਸਵਾਲ ਪੈਦਾ ਹੁੰਦਾ, ਫਿਰ ਠੱਗੀ ਮਾਰਨ ਵਾਲਾ, ਬੇਈਮਾਨੀਆਂ ਕਰਨ ਵਾਲਾ, ਚੋਰੀ ਚਕਾਰੀ ਕਰਨ ਵਾਲਾ ਵੀ ਵਾਹਿਗੁਰੂ ਵਾਹਿਗੁਰੂ ਕਹਿ ਲੈਂਦਾ। ਠੀਕ ਹੈ ਨਾ, ਜਿਹੜਾ ਬੰਦਾ ਠੱਗੀਆਂ ਮਾਰਦਾ, ਬੇਈਮਾਨੀਆਂ ਕਰਦਾ, ਵਾਹਿਗੁਰੂ ਵਾਹਿਗੁਰੂ ਤਾਂ ਉਹ ਵੀ ਕਰੀ ਜਾਂਦਾ। ਇਹਦਾ ਮਤਲਬ ਕੀ, ਉਹ ਨਾਮ ਜਪਦਾ ਪਿਆ। ਕੋਈ ਵਾਹਿਗੁਰੂ ਵਾਹਿਗੁਰੂ ਕਵੇ, ਕੋਈ ਮਾੜੀ ਗੱਲ ਨਹੀਂ, ਕਹਿ ਲਵੇ, ਪਰ ਗੱਲ ਇੱਥੇ ਆਉਣੀ ਹੈ ਉਹਦੇ ਕੰਮ ਕਿਹੋ ਜਿਹੇ ਨੇ। ਬੇਈਮਾਨੀਆਂ ਤਾਂ ਨਹੀਂ ਕਰਦਾ, ਠੱਗੀਆਂ ਤਾਂ ਨਹੀਂ ਮਾਰਦਾ, ਇਮਾਨਦਾਰੀ ਹੈ ਜੀਵਨ ਦੇ ਵਿੱਚ। ਜਦੋਂ ਤੁਸੀਂ ਨਾਮ ਜਪਣ ਦੀ ਡੂੰਘਾਈ ਦੇ ਵਿੱਚ ਜਾਓਗੇ ਨਾ ਵੀ ਨਾਮ ਜਪਣ ਦਾ ਅਰਥ ਕੀ ਬਣੇਗਾ, ਤਾਂ ਨਾਮ ਜਪਣ ਦਾ ਅਰਥ ਇਹ ਬਣੇਗਾ ਗੁਣਾਂ ਨੂੰ ਜੀਵਨ ਦੇ ਵਿੱਚ ਕਮਾਉਣਾ। ਕੋਈ ਬੰਦਾ ਗੁਣਾਂ ਨੂੰ ਜੀਵਨ 'ਚ ਕਮਾ ਰਿਹਾ ਹੋਵੇ, ਸੰਤੋਖ ਨੂੰ ਜੀਵਨ 'ਚ ਕਮਾਵੇ, ਦਇਆ ਨੂੰ ਜੀਵਨ 'ਚ ਕਮਾਵੇ, ਧੀਰਜ ਨੂੰ ਜੀਵਨ 'ਚ ਕਮਾਵੇ, ਇਮਾਨਦਾਰੀ ਨੂੰ ਜੀਵਨ 'ਚ ਕਮਾਵੇ, ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਲਵੇ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਪਰ ਜੀਵਨ 'ਚ ਚੰਗੇ ਗੁਣ ਨਹੀਂ ਹੈਗੇ, ਨਾ ਸੰਤੋਖ ਹੈ, ਨਾ ਦਇਆ ਹੈ, ਨਾ ਧੀਰਜ ਹੈ, ਨਾ ਇਮਾਨਦਾਰੀ ਹੈ, ਚੰਗੇ ਗੁਣ ਹੈ ਨਹੀਂ, ਅਤੇ ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਹੀ ਜਾਂਦਾ, ਫਿਰ ਗੁਰੂ ਨੂੰ ਕਹਿਣਾ ਪੈਂਦਾ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਕਈਆਂ ਦਾ ਹਿਸਾਬ ਇੱਦਾਂ ਦਾ ਹੁੰਦਾ ਨਾ ਵੀ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਹੀ ਜਾਣਗੇ, ਮੂੰਹ ਤੋਂ ਰਾਮ ਰਾਮ, ਮੂੰਹ ਤੋਂ ਅੱਲਾ ਅੱਲਾ, ਅਤੇ ਦਿਮਾਗ 'ਚ ਸਕੀਮਾਂ ਕਿਹੜੀਆਂ ਚੱਲਦੀਆਂ ਪਈਆਂ ਨੇ ਬੇਈਮਾਨੀ ਕਰਨ ਦੀਆਂ, ਵੈਸੇ ਛੁਰੀਆਂ ਚਲਾਉਣ ਦੀਆਂ ਸਕੀਮਾਂ ਚੱਲਦੀਆਂ ਪਈਆਂ ਨੇ। ਸੋ ਇਹ ਨੁਕਤੇ ਜਿਹੜੇ ਨੇ ਉਹ ਸਮਝਣ ਵਾਲੇ ਨੇ। ਨਾਮ ਜਪਣ ਦਾ ਜਿਹੜਾ ਡੀਪ ਮੀਨਿੰਗ ਹੈ ਉਹ ਕੀ ਹੈ? ਗੁਣਾਂ ਨੂੰ ਜੀਵਨ ਦੇ ਵਿੱਚ ਕਮਾਉਣਾ। ਹਰ ਕੋ ਨਾਮ ਜਪ ਦਾ ਅਰਥ ਕੀ ਹੈ? ਭਾਈ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾ, ਸੰਤੋਖ ਲੈ ਕੇ ਆ, ਦਇਆ ਲੈ ਕੇ ਆ, ਧੀਰਜ ਲੈ ਕੇ ਆ, ਸੱਚ ਲੈ ਕੇ ਆ, ਇਮਾਨਦਾਰੀ ਆਪਣੇ ਜੀਵਨ ਦੇ ਵਿੱਚ ਲੈ ਕੇ ਆ। ਜਦੋਂ ਇਹ ਚੰਗੇ ਗੁਣ ਤੇਰੇ ਜੀਵਨ ਵਿੱਚ ਆ ਜਾਣ ਨਾ, ਫਿਰ ਇਹਨਾਂ ਗੁਣਾਂ ਦੇ ਮੁਤਾਬਕ ਪਤਾ ਕੀ ਕਰਨਾ? ਨਿਰਮਲ ਕਰਮ ਕਰ। ਹਰ ਕੋ ਨਾਮ ਜਪ, ਅਗਲੀ ਗੱਲ ਕੀ ਹੈ? ਨਿਰਮਲ ਕਰਮ। ਨਿਰਮਲ ਦਾ ਅਰਥ ਕੀ ਹੈ? ਮੈਲ ਤੋਂ ਰਹਿਤ। ਨਿਰਮਲ, ਮੈਲ ਤੋਂ ਰਹਿਤ, ਭਾਵ ਚੰਗੇ ਕੰਮ, ਮੈਲ ਤੋਂ ਰਹਿਤ ਕੰਮ ਕਰ, ਭਾਵ ਚੰਗੇ ਕੰਮ ਕਰ, ਨੇਕ ਕੰਮ ਕਰ ਆਪਣੇ ਜੀਵਨ ਦੇ ਵਿੱਚ, ਕਿਸੇ ਦੀ ਮਦਦ ਕਰ, ਕਿਸੇ ਲੋੜਵੰਦ ਦੀ ਮਦਦ ਕਰ, ਸਹਾਇਤਾ ਕਰ। ਦੁਨੀਆ ਵਿੱਚ ਜਿੰਨੇ ਤੂੰ ਚੰਗੇ ਕੰਮ ਕਰ ਸਕਦਾ ਹੈ ਨਾ ਉਹ ਕਰ। ਜਿਹੜਾ ਤੂੰ ਕੰਮ ਕਰਦਾ ਆਪਣਾ ਕੰਮ ਇਮਾਨਦਾਰੀ ਨਾਲ ਕਰ। ਸਾਡੀ ਕੋਈ ਭੈਣ ਹੈ ਘਰ ਨੂੰ ਸਾਂਭਦੀ ਹੈ, ਇਮਾਨਦਾਰੀ ਨਾਲ ਸਾਂਭੇ। ਕੋਈ ਵੀਰ ਹੈ ਨੌਕਰੀ ਕਰਦਾ, ਬਿਜ਼ਨਸ ਕਰਦਾ, ਦੁਕਾਨਦਾਰੀ ਕਰਦਾ, ਆਪਣਾ ਕੰਮ ਇਮਾਨਦਾਰੀ ਨਾਲ ਕਰੇ, ਕਿਸੇ ਤਰ੍ਹਾਂ ਦੀ ਵਿੱਚ ਬੇਈਮਾਨੀ ਨਾ ਕਰੇ। ਸਾਡੀ ਜ਼ਿੰਦਗੀ ਦਾ ਇਕੱਲਾ ਇਕੱਲਾ ਕੰਮ ਜਿਹੜਾ ਹੈ ਨਾ, ਜੇ ਕਿਤੇ ਉਹਦੇ ਵਿੱਚ ਇਮਾਨਦਾਰੀ ਆ ਜਾਵੇ, ਅਸੀਂ ਆਪਣੀ ਜ਼ਿੰਮੇਵਾਰੀਆਂ ਨੂੰ ਪਛਾਣ ਲਈਏ ਅਤੇ ਆਪਣੀ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣੀਆਂ ਸ਼ੁਰੂ ਕਰ ਦਈਏ, ਸੱਚ ਕਰਕੇ ਜਾਣਿਓ, ਆਹ ਹੈ ਅਸਲ ਦੇ ਵਿੱਚ ਧਰਮ ਜਿਹਦੀ ਗੱਲ ਕਰਦੇ ਪਏ ਨੇ ਮਹਿਲਾ ਪੰਜਵਾਂ ਸੁਖਮਨੀ ਦੀ ਬਾਣੀ ਦੇ ਵਿੱਚ। ਹਰ ਕੋ ਨਾਮ ਜਪ ਨਿਰਮਲ ਕਰਮ, ਗੁਣਾਂ ਨੂੰ ਜੀਵਨ 'ਚ ਕਮਾ ਅਤੇ ਉਹਨਾਂ ਗੁਣਾਂ ਦੇ ਮੁਤਾਬਕ ਤੂੰ ਨੇਕ ਕਰਮ, ਚੰਗੇ ਕਰਮ ਕਰਨੇ ਸਿੱਖ ਲੈ। ਇਸ ਤੋਂ ਵੱਡਾ ਧਰਮ ਦੁਨੀਆਂ ਦੇ ਵਿੱਚ ਹੋਰ ਕੋਈ ਨਹੀਂ ਜੇ ਹੈਗਾ, ਇਸ ਤੋਂ ਵੱਡਾ ਧਰਮ ਹੋਰ ਕੋਈ ਨਹੀਂ ਹੈਗਾ। ਬਾਬੇ ਨਾਨਕ ਦਾ ਇਹੀ ਧਰਮ ਸੀਗਾ, ਭਗਤ ਕਬੀਰ ਜੀ ਦਾ ਇਹੀ ਧਰਮ ਸੀਗਾ, ਭਗਤ ਸਦਨਾ ਜੀ, ਭਗਤ ਸੈਣ ਜੀ, ਭਗਤ ਰਵਿਦਾਸ ਜੀ, ਇਹਨਾਂ ਸਾਰਿਆਂ ਦਾ ਇਹੀ ਧਰਮ ਹੈ। ਤਾਂ ਇਹ ਇਕੱਠੇ ਹੋ ਕੇ ਇੱਕ ਥਾਂ ਦੇ ਉੱਤੇ ਬੈਠੇ ਨੇ। ਜੇ ਇਹਨਾਂ ਦੇ ਧਰਮ ਹੁੰਦੇ ਨਾ ਵੱਖਰੇ ਵੱਖਰੇ, ਜੇ ਇਹਨਾਂ ਦੇ ਮਜ਼ਹਬ ਵੱਖਰੇ ਵੱਖਰੇ ਹੁੰਦੇ, ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ, ਇੱਕ ਥਾਂ ਉੱਤੇ ਕਦੀ ਇਕੱਠੇ ਹੋ ਕੇ ਬਹਿ ਨਾ ਸਕਦੇ, ਕਿਉਂਕਿ ਕਿਤੇ ਨਾ ਕਿਤੇ ਵੱਖਰੇਵੇਂ ਪੈਦਾ ਹੋ ਜਾਣੇ ਸੀ। ਕਿਸੇ ਦੀ ਮਰਿਆਦਾ ਕੁਝ ਹੋਰ ਹੋਣੀ ਸੀ, ਦੂਜੇ ਦੀ ਮਰਿਆਦਾ ਕੁਝ ਹੋਰ ਹੋਣੀ ਸੀ। ਕਿਸੇ ਦੀ ਵਿਚਾਰਧਾਰਾ ਕੁਝ ਹੋਰ ਹੋਣੀ ਸੀ, ਦੂਜੇ ਦੀ ਵਿਚਾਰਧਾਰਾ ਕੁਝ ਹੋਰ ਹੋਣੀ ਸੀਗੀ। ਬਾਬਾ ਨਾਨਕ ਜੀ ਦੁਨੀਆਂ ਦੇ ਲੋਕਾਂ ਨੂੰ ਇਸ ਧਰਮ ਦੇ ਬਾਰੇ ਦੇ ਵਿੱਚ ਸਮਝਾਉਣ ਵਾਸਤੇ ਆਪਣੇ ਘਰੋਂ ਨਿਕਲਦੇ ਨੇ। ਅਤੇ ਇੱਕ ਹੋਰ ਬੇਨਤੀ ਕਰਾਂ, ਜੇ ਤੁਸੀਂ ਇਹ ਗੱਲ ਮੰਨੋ ਵੀ ਦੁਨੀਆਂ ਦੇ ਬੰਦਿਆਂ ਨੂੰ ਨਾ, ਚਲੋ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਇੰਡੀਆ ਦੇ ਵਿੱਚ
ਜੇ ਹਰ ਬੰਦਾ ਇਸ ਧਰਮ ਨੂੰ ਅਪਣਾ ਲਵੇ, ਕਿਹੜੇ ਧਰਮ ਨੂੰ? ਹਰ ਕੋ ਨਾਮ ਜਪ ਨਿਰਮਲ ਕਰਮ। ਜੇ ਇੰਡੀਆ ਵਿੱਚ ਮੰਨ ਲਓ ਹਰ ਬੰਦਾ ਇਸ ਧਰਮ ਨੂੰ ਅਪਣਾ ਲਵੇ, ਤੁਸੀਂ ਮੈਨੂੰ ਦੱਸੋ ਕੋਈ ਲੜਾਈ, ਕੋਈ ਝਗੜਾ, ਕੋਈ ਕਲੇਸ਼ ਜੋ ਅੱਜ ਧਰਮਾਂ ਦੇ ਨਾਂ ਦੇ ਉੱਤੇ ਹੁੰਦਾ ਉਹ ਹੋਏਗਾ? ਅੱਜ ਵੇਖੋ ਨਾ ਇੰਡੀਆ 'ਚ ਕੀ ਹੈ, ਇੱਕ ਮਜ਼ਹਬ ਵਾਲਾ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਸਾਡਾ ਧਰਮ ਖਤਰੇ ਵਿੱਚ ਹੈ, ਉਹਦਾ ਜਿਹੜਾ ਮਜ਼ਹਬ, ਇੱਕ ਮਜ਼ਹਬ ਵਾਲਾ ਦੂਜੇ ਮਜ਼ਹਬ ਵਾਲੇ ਨੂੰ ਬਰਦਾਸ਼ਤ ਨਹੀਂ ਕਰ ਰਿਹਾ। ਹੋ ਰਿਹਾ ਨਾ ਲੜਾਈ ਝਗੜੇ, ਉਹ ਕਹਿ ਰਿਹਾ ਮਾਰ ਦੇਵਾਂਗੇ ਸਾਹਮਣੇ ਵਾਲੇ ਨੂੰ, ਦੂਜਾ ਕਹਿੰਦਾ ਵਾ ਅਸੀਂ ਪਹਿਲੇ ਵਾਲੇ ਨੂੰ ਮਾਰ ਦੇਵਾਂਗੇ। ਲੜਾਈ ਝਗੜੇ, ਆ ਜਿੰਨੇ ਦੰਗਾ ਫਸਾਦ ਹੁੰਦੇ ਨੇ ਪਿੱਛੇ ਕੀ ਰੀਜ਼ਨ ਹੁੰਦਾ? ਉਹਨਾਂ ਦਾ ਮਜ਼ਹਬ, ਉਹਨਾਂ ਦਾ ਧਰਮ। ਆਪਣੇ ਧਰਮ ਨੂੰ ਬਚਾਉਣ ਵਾਸਤੇ ਲੋਕ ਮਰ ਰਹੇ ਨੇ, ਇੱਕ ਦੂਜੇ ਨੂੰ ਮਾਰਦੇ ਪਏ ਨੇ, ਵੱਢਦੇ ਪਏ ਨੇ, ਕੱਟਦੇ ਪਏ ਨੇ, ਇਹ ਚੀਜ਼ਾਂ ਚੱਲ ਰਹੀਆਂ ਨੇ। ਅਤੇ ਇਸ ਚੀਜ਼ ਦਾ ਫਾਇਦਾ ਇਹ ਜਿਹੜੇ ਬਾਹਰਲੇ ਮਜ਼ਹਬ ਨੇ ਇਹਨਾਂ ਦਾ ਫਾਇਦਾ ਪਤਾ ਕੌਣ ਚੁੱਕਦਾ? ਪੋਲੀਟੀਸ਼ੀਅਨ ਲੋਕ ਚੁੱਕਦੇ ਨੇ। ਉਹ ਕਹਿੰਦੇ ਦੰਗਾ ਕਰਾਓ ਇਲੈਕਸ਼ਨ ਜਿੱਤਾਂਗੇ, ਹੁੰਦਾ ਨਾ ਇਹਦਾ। ਪੋਲੀਟੀਸ਼ੀਅਨ ਲੋਕ ਨੇ ਜਿਹੜੇ ਉਹ ਇਸ ਚੀਜ਼ ਦਾ ਫਾਇਦਾ ਚੁੱਕਦੇ ਨੇ। ਜਿਹੜੇ ਆ ਬਾਹਰਲੇ ਮਜ਼ਹਬ ਨੇ ਨਾ ਇਹਨਾਂ ਦੇ ਫਾਇਦੇ ਚੁੱਕੇ ਜਾਂਦੇ ਨੇ, ਇੱਕ ਦੂਜੇ ਨੂੰ ਲੜਾਇਆ ਜਾਂਦਾ, ਮਰਵਾਇਆ ਜਾਂਦਾ, ਪੋਲੀਟੀਸ਼ੀਅਨ ਰਾਜ ਕਰਦੇ ਨੇ, ਕੁਰਸੀਆਂ ਉੱਤੇ ਬਹਿੰਦੇ ਨੇ। ਪਰ ਜਿਸ ਧਰਮ ਦੀ ਗੱਲ ਬਾਬੇ ਨਾਨਕ ਨੇ ਕੀਤੀ ਹੈ ਨਾ, ਜਿਸ ਧਰਮ ਦੀ ਗੱਲ ਗੁਰਬਾਣੀ ਕਰਦੀ ਪਈ ਹੈ, ਸਰਵ ਧਰਮ ਹੈ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਜੇ ਦੁਨੀਆ ਦਾ ਹਰ ਬੰਦਾ ਇਸ ਧਰਮ ਨੂੰ ਅਪਣਾ ਲਵੇ, ਸੱਚ ਕਰਕੇ ਜਾਣਿਓ ਨਾ ਕੋਈ ਲੜਾਈ, ਨਾ ਕੋਈ ਝਗੜਾ, ਨਾ ਕੋਈ ਕਲੇਸ਼, ਨਾ ਕੋਈ ਦੰਗਾ, ਨਾ ਕੋਈ ਫਸਾਦ, ਕੱਖ ਨਹੀਂ ਹੋਣਾ। ਹੁਣ ਜੇ ਮੇਰੇ ਵਿੱਚ ਦਇਆ ਆ ਗਈ ਤਾਂ ਮੈਂ ਕਿਸੇ ਨੂੰ ਮਾਰਨ ਜਾਵਾਂਗਾ? ਦੱਸੋ ਜੀ, ਗੁਣਾ ਦਾ ਨਾਮ ਹੀ ਧਰਮ ਹੈ ਨਾ। ਜੇ ਮੇਰੇ ਵਿੱਚ ਦਇਆ ਆ ਜਾਵੇ ਮੈਂ ਕਿਸੇ ਨੂੰ ਮਾਰਨ ਜਾਵਾਂਗਾ, ਅਤੇ ਜੇ ਸਾਹਮਣੇ ਵਾਲੇ ਦੇ ਵਿੱਚ ਵੀ ਦਇਆ ਹੋਵੇ ਕੋਈ ਮੈਨੂੰ ਮਾਰਨ ਆਵੇਗਾ? ਕੋਈ ਹੈ ਕੋਈ ਜੈਲਸੀ, ਕੋਈ ਹੇਟਰੇਟ, ਕੋਈ ਇੱਦਾਂ ਦੀ ਹੈ ਮੈਂ ਸਾੜਾ ਹੋਏਗਾ ਮੇਰੇ ਅੰਦਰ? ਕੋਈ ਭਾਵਨਾ ਹੋਣੀ ਨਹੀਂ ਇੱਦਾਂ ਦੀ ਕਿ ਮੈਂ ਕਿਸੇ ਨੂੰ ਸੜਦਾ ਹੋਵਾਂ। ਮੇਰੇ ਅੰਦਰ ਫਿਰ ਪਤਾ ਕਿਹੜੀ ਵਿਚਾਰ ਹੋਣੀ ਹੈ? ਇੱਕੋ ਵਿਚਾਰ ਹੋਣੀ ਹੈ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲਓ ਜੀ ਕਹਾਣੀ ਮੁੱਕ ਗਈ ਲੜਾਈ ਦੀ ਸਾਰੀ ਦੀ ਸਾਰੀ। ਵੀ ਕਿਹੜੀਆਂ ਲੜਾਈਆਂ ਪਾ ਕੇ ਬੈਠੇ ਹੋਏ ਹੋ ਭਾਈ? ਇਹ ਕੌਣ ਆ ਆਪਾਂ ਸਾਰੇ? ਇਹ ਕੁਦਰਤ ਕੇ ਸਭ ਬੰਦੇ, ਅਸੀਂ ਤਾਂ ਇੱਕ ਸਮਾਨ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਿਹੜਾ ਇੱਥੇ ਭਲਾ, ਕਿਹੜਾ ਇੱਥੇ ਮੰਦਾ? ਉਹ ਭਾਈ ਸਾਰੇ ਇੱਕ ਬਰਾਬਰ ਹਾਂ, ਇੱਕ ਪਿਤਾ ਇੱਕ ਸਕੇ ਹਮ ਬਾਰਕ। ਕਹਾਣੀ ਮੁੱਕ ਜਾਏਗੀ ਸਾਰੀ ਦੀ ਸਾਰੀ। ਅਸਲ ਵਿੱਚ ਲੜਾਈਆਂ ਸ਼ੁਰੂ ਪਤਾ ਕਿੱਥੋਂ ਹੁੰਦੀਆਂ ਨੇ? ਆ ਬਾਹਰਲੇ ਮਜ਼ਹਬਾਂ ਤੋਂ ਹੀ ਲੜਾਈਆਂ ਸ਼ੁਰੂ ਹੁੰਦੀਆਂ ਨੇ ਸਾਰੀਆਂ ਦੀਆਂ ਸਾਰੀਆਂ। ਜੇ ਇਹਨਾਂ ਮਜ਼ਹਬਾਂ ਦਾ ਰੌਲਾ ਗੌਲਾ ਖਤਮ ਹੋ ਜਾਵੇ ਨਾ, ਅਤੇ ਜੇ ਸੱਚੇ ਧਰਮ ਨੂੰ ਸਮਝ ਲਿਆ ਜਾਵੇ, ਹਰ ਕੋ ਨਾਮ ਜਪ ਨਿਰਮਲ ਕਰਮ ਵਾਲੇ ਇਸ ਧਰਮ ਨੂੰ ਸਮਝ ਲਿਆ ਜਾਵੇ, ਲੜਾਈਆਂ ਤਾਂ ਰਹਿਣੀਆਂ ਹੀ ਨਹੀਂ ਹੈਗੀਆਂ। ਪਰ ਇਹ ਪਤਾ ਕਿਉਂ ਨੇ, ਇਹ ਬਾਹਰਲੇ ਮਜ਼ਹਬ ਕਿਉਂ ਟਿਕੇ ਹੋਏ ਨੇ? ਆਪਣੀ ਆਪਣੀ ਹਉਮੈ ਦੀ ਗੱਲ ਹੈ ਜੀ। ਹਰ ਬੰਦਾ ਹਉਮੈ ਪਾਲ ਕੇ ਬੈਠਾ ਹੋਇਆ, ਅਸੀਂ ਫਲਾਣੇ ਹੁੰਦੇ ਹਾਂ, ਦੂਜਾ ਕਹਿੰਦਾ ਅਸੀਂ ਫਲਾਣੇ ਹੁੰਦੇ ਹਾਂ, ਤੀਜਾ ਕਹਿੰਦਾ ਅਸੀਂ ਫਲਾਣੇ ਹੁੰਦੇ ਹਾਂ। ਹਰ ਬੰਦਾ ਛਾਤੀ ਦੇ ਹੱਥ ਮਾਰ ਕੇ ਆਪਣੇ ਆਪਣੇ ਮਜ਼ਹਬ ਦਾ ਮਾਣ ਕਰੀ ਜਾਂਦਾ, ਆਪਣੇ ਆਪਣੇ ਫਿਰਕੇ ਦਾ ਮਾਣ ਕਰੀ ਜਾਂਦਾ। ਜਿਵੇਂ ਲੋਕ ਜਾਤ ਦਾ ਹੰਕਾਰ ਕਰਦੇ ਨੇ ਨਾ, ਇਸੇ ਤਰ੍ਹਾਂ ਲੋਕ ਆਪਣੇ ਮਜ਼ਹਬ ਦਾ ਵੀ ਹੰਕਾਰ ਕਰਦੇ ਨੇ। ਸਾਡਾ ਫਲਾਣਾ ਮਜ਼ਹਬ ਹੁੰਦਾ, ਤੁਹਾਡੇ ਮਜ਼ਹਬ ਨਾਲੋਂ ਸਾਡਾ ਮਜ਼ਹਬ ਜ਼ਿਆਦਾ ਉੱਚਾ। ਸਟੇਜਾਂ 'ਤੇ ਬਹਿ ਕੇ ਮਾਫ਼ ਕਰਿਓ ਇਹੀ ਰੌਲੇ ਪਾਉਂਦੇ ਨੇ, ਮੇਰੇ ਵਰਗੇ ਪ੍ਰਚਾਰਕ ਵੀ ਇਹੀ ਰੌਲਾ ਪਾਈ ਜਾਂਦੇ ਨੇ, ਢਾਡੀ ਵੀ ਇਹੀ ਰੌਲਾ ਪਾਈ ਜਾਂਦੇ। ਸਾਰਿਆਂ ਦੀ ਗੱਲ ਮੈਂ ਨਹੀਂ ਕਰਦਾ, ਪਰ ਬਹੁਤ ਹੈਗੇ ਨੇ ਜਿਹੜੇ ਸਟੇਜਾਂ ਉੱਤੇ ਬਹਿ ਕੇ ਦੂਜੇ ਧਰਮ ਨੂੰ, ਜਿਹੜਾ ਦੂਜਾ ਮਜ਼ਹਬ ਹੈ ਉਹਨੂੰ ਮਾੜਾ ਕਹਿੰਦੇ ਨੇ, ਅਤੇ ਆਪਣੇ ਵਾਲੇ ਨੂੰ ਚਮਕਾਉਣ ਦੀ ਕੋਸ਼ਿਸ਼ ਕਰਦੇ ਨੇ। ਕੀ ਹੋ ਰਿਹਾ? ਸਾਨੂੰ ਸਮਝ ਨਹੀਂ ਆਇਆ ਅਜੇ ਤੱਕ ਕਿ ਬਾਬੇ ਨਾਨਕ ਨੇ ਕਿਹੜੇ ਧਰਮ ਨਾਲ ਸਾਨੂੰ ਜੋੜਿਆ ਸੀ? ਇਹ ਸਾੜਾ, ਇਹ ਨਫ਼ਰਤ ਹੀ ਤਾਂ ਖਤਮ ਕੀਤੀ ਸੀ। ਇਹ ਸਾੜਾ ਨਫ਼ਰਤ ਤਦ ਤੱਕ ਬਣਿਆ ਰਹੇਗਾ ਜਦ ਤੱਕ ਅਸੀਂ ਬਾਹਰਲੇ ਮਜ਼ਹਬਾਂ ਦੇ ਚੱਕਰਾਂ ਦੇ ਵਿੱਚ ਹੈਗੇ ਹਾਂ, ਇਹ ਬਾਹਰਲੇ ਧਰਮਾਂ ਦੇ ਚੱਕਰਾਂ ਦੇ ਵਿੱਚ ਹੈਗੇ ਹਾਂ। ਜਿਸ ਦਿਨ ਇਹ ਗੱਲ ਸਮਝ ਆ ਗਈ ਨਾ ਕਿ ਸਰਬ ਧਰਮ ਹੈ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਜਿਸ ਦਿਨ ਇਹ ਗੱਲ ਸਮਝ ਆ ਗਈ ਕੋਈ ਸਾੜਾ ਨਹੀਂ ਹੈ ਉੱਦਨ, ਕੋਈ ਝਗੜਾ ਨਹੀਂ ਹੈ ਉੱਦਨ, ਕੋਈ ਲੜਾਈ ਨਹੀਂ ਹੈ ਉੱਦਨ, ਬਸ ਗੱਲ ਇਹ ਹੈ ਕਿਤੇ ਸਾਨੂੰ ਇਹ ਵਿਚਾਰਧਾਰਾ ਸਮਝ ਆ ਜਾਵੇ। ਪਰ ਮਾਫ਼ ਕਰਿਓ, ਮੇਰੇ ਵਰਗੇ ਜਿਹੜੇ ਧਰਮ ਦੇ ਠੇਕੇਦਾਰ ਨੇ ਨਾ, ਉਹ ਇਹ ਚਾਹੁੰਦੇ ਨਹੀਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਆ ਜਾਵੇ। ਇਹ ਬੜੀ ਵੱਡੀ ਗੱਲ ਮੈਂ ਕਹਿ ਰਿਹਾ, ਜਿਹੜੇ ਧਰਮ ਦੇ ਠੇਕੇਦਾਰ ਨੇ
ਜਿਨ੍ਹਾਂ ਨੇ ਆਪਣੀਆਂ ਜੇਬਾਂ ਭਰਨੀਆਂ ਨੇ, ਉਹ ਚਾਹੁੰਦੇ ਨਹੀਂ ਕਿ ਤੁਹਾਨੂੰ ਇਹ ਗੱਲ ਸਮਝ ਆ ਜਾਵੇ, ਉਹ ਚਾਹੁੰਦੇ ਨੇ ਤੁਸੀਂ ਆਪਣੇ ਆਪਣੇ ਫਿਰਕਿਆਂ ਦੇ ਚੱਕਰਾਂ ਦੇ ਵਿੱਚ ਹੀ ਪਏ ਰਹੋ, ਆਪਣੇ ਆਪਣੇ ਮਜ਼ਹਬਾਂ ਦੇ ਚੱਕਰਾਂ ਦੇ ਵਿੱਚ ਹੀ ਪਏ ਰਹੋ, ਕਿਉਂਕਿ ਤੁਸੀਂ ਮਜ਼ਹਬਾਂ ਦੇ ਚੱਕਰਾਂ ਵਿੱਚ ਪਏ ਰਹੋਗੇ ਅਤੇ ਮੇਰੇ ਵਰਗਾ ਜਿਹੜਾ ਪੁਜਾਰੀ ਹੈ, ਧਰਮ ਦਾ ਠੇਕੇਦਾਰ ਹੈ, ਮੇਰੀ ਦੁਕਾਨਦਾਰੀ ਵੀ ਵਧੀਆ ਤਰੀਕੇ ਨਾਲ ਚੱਲਦੀ ਰਹੇਗੀ, ਰਾਜਨੀਤਿਕ ਬੰਦਿਆਂ ਦੀ ਦੁਕਾਨਦਾਰੀ ਵੀ ਵਧੀਆ ਤਰੀਕੇ ਨਾਲ ਚੱਲਦੀ ਰਹੇਗੀ, ਦੋਨਾਂ ਦੀ ਦੁਕਾਨਦਾਰੀ, ਕਿਉਂਕਿ ਧਰਮ ਦਾ ਠੇਕੇਦਾਰ ਹੈ ਭਾਵੇਂ ਜਾਂ ਰਾਜਨੀਤਿਕ ਬੰਦਾ ਹੈ, ਇਕੱਠੇ ਰਲ ਕੇ ਤੁਰਦੇ ਨੇ, ਇਕੱਠੇ ਰਲ ਕੇ ਤੁਰਦੇ ਨੇ। ਤੁਸੀਂ ਇਤਿਹਾਸ ਨੂੰ ਪੜ੍ਹ ਕੇ ਵੇਖ ਲਓ, ਜਦੋਂ ਵੀ ਗੱਲ ਆਏਗੀ ਕਿਸੇ ਬਾਦਸ਼ਾਹ ਦੀ ਪਿਛਲੇ ਸਮੇਂ ਦੇ ਵਿੱਚ, ਉਹਦੇ ਨਾਲ ਇੱਕ ਕਾਜ਼ੀ ਹੁੰਦਾ ਸੀਗਾ। ਵਜ਼ੀਰ ਖਾਨ ਦੀ ਗੱਲ ਕਰ ਲਓ, ਵਜ਼ੀਰ ਖਾਨ ਕੌਣ ਹੈ? ਬਾਦਸ਼ਾਹ, ਨਾਲ ਇੱਕ ਕਾਜ਼ੀ ਹੈ ਨਾ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਫਤਵਾ ਸੁਣਾਉਣ ਵਾਲਾ ਕੌਣ ਸੀਗਾ? ਕਾਜ਼ੀ ਸੀ ਨਾ। ਵਜ਼ੀਰ ਖਾਨ ਨੇ ਆਪ ਨਹੀਂ ਫਤਵਾ ਸੁਣਾਇਆ, ਕਿਹਨੇ ਸੁਣਾਇਆ ਸੀ? ਕਾਜ਼ੀ ਨੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਔਰੰਗਜ਼ੇਬ ਦਾ ਵੇਲਾ, ਫਤਵਾ ਸੁਣਾਉਣ ਵਾਲਾ ਕੌਣ ਹੈ? ਕਾਜ਼ੀ। ਔਰੰਗਜ਼ੇਬ ਜਿਹੜਾ ਹੈ ਉਹ ਤਾਂ ਬਾਦਸ਼ਾਹ ਹੈ, ਅਤੇ ਨਾਲ ਜਿਹੜਾ ਕਾਜ਼ੀ ਹੈ ਉਹ ਕੌਣ ਹੈ? ਉਹ ਹੈ ਧਾਰਮਿਕ ਆਗੂ, ਉਹ ਹੈ ਧਾਰਮਿਕ ਆਗੂ। ਵਜ਼ੀਰ ਖਾਨ ਕੌਣ ਹੈ? ਉਹ ਤਾਂ ਬਾਦਸ਼ਾਹ। ਕਾਜ਼ੀ ਕੌਣ ਹੈ? ਧਾਰਮਿਕ ਆਗੂ, ਧਰਮ ਦਾ ਠੇਕੇਦਾਰ ਬਣਿਆ ਹੋਇਆ। ਅਸਲ ਦੇ ਵਿੱਚ ਧਰਮ ਦਾ ਠੇਕੇਦਾਰ ਅਤੇ ਨਾਲ ਜਿਹੜਾ ਹੁੰਦਾ ਬਾਦਸ਼ਾਹ, ਇਕੱਠੇ ਰਲ ਕੇ ਤੁਰਦੇ ਨੇ, ਇਹਨਾਂ ਦੀ ਸੁਰ ਰਲਦੀ ਹੈ ਆਪਸ ਦੇ ਵਿੱਚ, ਅਤੇ ਤਾਂ ਇਹ ਤੁਰਦੇ ਨੇ, ਇਹ ਆਪਣੀਆਂ ਸੁਰਾਂ ਲੜਾਉਂਦੇ ਨੇ ਅਤੇ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ, ਲੋਕਾਂ ਨੂੰ ਮੂਰਖ ਬਣਾਉਂਦੇ ਨੇ। ਇਹ ਚੀਜ਼ਾਂ ਜਿਹੜੀਆਂ ਉਹ ਆਮ ਕਰਕੇ ਚੱਲਦੀਆਂ ਨੇ ਸਮਾਜ ਦੇ ਵਿੱਚ। ਜੇ ਕਿਤੇ ਲੋਕਾਂ ਨੂੰ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਵਿਚਾਰਧਾਰਾ ਸਮਝ ਆ ਜਾਵੇ ਨਾ, ਸਭ ਤੋਂ ਪਹਿਲਾਂ ਪੁਜਾਰੀ ਦੀ ਦੁਕਾਨਦਾਰੀ ਬੰਦ ਹੁੰਦੀ ਹੈ। ਮੰਨ ਲਓ ਜੇ ਤੁਹਾਨੂੰ ਇਹ ਗੱਲ ਸਮਝ ਆ ਗਈ ਕਿ ਗੁਣਾਂ ਨੂੰ ਜੀਵਨ 'ਚ ਕਮਾਓ, ਨੇਕ ਕੰਮ ਕਰੋ, ਚੰਗੇ ਕੰਮ ਕਰੋ, ਸਾਡਾ ਜੀਵਨ ਬੜਾ ਵਧੀਆ, ਅਸੀਂ ਧਰਮੀ ਹੋ ਗਏ, ਠੀਕ ਹੈ ਨਾ, ਇਹ ਗੱਲ ਜੇਕਰ ਬੰਦੇ ਨੂੰ ਸਮਝ ਆ ਜਾਵੇ ਤਾਂ ਕਿਸੇ ਪੁਜਾਰੀ ਕੋਲ ਜਾਏਗਾ ਕੋਈ? ਫਿਰ ਅੱਜ ਲੋਕ ਜਾਂਦੇ ਨੇ ਨਾ ਪੁਜਾਰੀ ਦੇ ਕੋਲ। ਜਿਨ੍ਹਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੈ, ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਮੈਸੇਜ ਜਿਹੜਾ ਹੈ ਉਹ ਦੂਰ ਦੂਰ ਤੱਕ ਜਾ ਸਕੇ। ਜਿਨ੍ਹਾਂ ਵੀਰਾਂ ਭੈਣਾਂ ਨੇ ਹਜੇ ਤੱਕ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਜ਼ਰੂਰ ਦਬਾ ਦਿਓ ਅਤੇ ਆਲ 'ਤੇ ਜ਼ਰੂਰ ਕਲਿੱਕ ਕਰਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਜਿਨ੍ਹਾਂ ਨੇ ਅਜੇ ਤੱਕ ਮੈਨੂੰ ਫੇਸਬੁੱਕ 'ਤੇ ਫੋਲੋ ਨਹੀਂ ਕੀਤਾ, ਬਲਜੀਤ ਸਿੰਘ ਦਿੱਲੀ ਦੇ ਨਾਂ 'ਤੇ ਮੇਰਾ ਫੇਸਬੁੱਕ ਪੇਜ ਹੈ, ਉੱਥੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਮੇਰੇ ਪੇਜ ਨੂੰ ਲਾਈਕ ਕਰ ਦਿਓ, ਨਿਊ ਅਪਡੇਟਸ ਤੁਹਾਡੇ ਤੱਕ ਪਹੁੰਚ ਜਾਣਗੀਆਂ। ਧੰਨਵਾਦ।